करीबन लो जी जानवर चेक कर लो तीन आया तीन किन की मूल कर रहे पुठे जी साहब मंडी वाला रेड ने ना रेड पूरे 40,000 लो जी एक बकरा ऐ खड़ा जी दूसरे नंबर वाला ऐ खड़ा ते तीसरे नंबर वाला जनाब ऐ है ठीक हो गया ते नंबर कोई है 0300 पूरा 7855 ना गए सैयद मखदूम चलो जी ए तीन बकरे इन्होंने को है ओ परला वड़ा काट गया हाँ जी थोड़े घड़े आए न दो ही नहीं अच्छा लो जी ए दो बकरे भी चेक कर लो माशाल्लाह फेस फूस तो माशाल्लाह एदा भी बेहतरीन है अच्छा कितनी उम्र उस भाई इस बकरे की सात आठ महीना है की डिमांड कर जोड़े दी एक लख दस हज़ार पचवंजा हज़ार वो कमी बेशी कर प्यार पूरे लख दे हो जाते पूरे लख दे हो जाते लो जी दूसरा भी खा रहे हैं नंबर भी चेक करा देने एक मिनट आप बकरा चेक करा लो दूसरे नंबर वाला आएगा जी आए कौन नंबर दसो पूरा 0300 पूरा 18-19 6-9 उस तो बाद जी अगे ए जोड़ी भी चेक कर बकरे सोने ने माशाल्लाह नकोड़ा जालर कांशन दूसरे नंबर का ऐप ताई कितनी उम्र होगी उसकी 5 महीने यदि 4 महीने ठीक होगी की जोड़ी का मान रहे एक लाख 5,000 प्यार मोहब्बत कमी बेची 2,000 एक लख 3,000 पूरे लख दे नहीं होंगे ठीक है तेरे बाद पूरे लख दे जनाब हो जाएगी जोड़ी ऐ बकरे सोने का माशाल्लाह ऐ देखो फेस फूस ही चेक करो नंबर 0300 पूरा नंबर बड़ा खतरे लाई पता 400 0300 पूरा 420 करनी नहीं 420 करनी नहीं ठीक हो ओके ओके लो जी माशाल्लाह वड्डे बकरे जनाब ऐ चेक करा देने भाई होर कोलों ते रेट शेट इन्होंने पूछने की रेट कर रहे हैं बाकी लेना देना मुकद्दर की गल होती है वीडियो अच्छी लगे वीडियो शेयर करना लाइक करना कमेंट करके जरूर दसना है कि आज तो रेट किस तरह लगेगा लो जी काला चीना उस बाद खड़ा जी ये सारे एक धुंदा है आया धुंदा है लो जी बकरा ए चेक करा देने ए हैगा जी दोंदा इन सीधा करेंगे बस बस अगर किसी दोस्त बकरियां वास्ते चाहिए तो फिर ए दोंदा बकरा है जी बेहतरीन तो जी की पुट्ठा मांग रहे हो चारा का दोंदा बिच पा पू के 80,000 पुट्ठा जी हां कमी बेशी कर दे मोहब्बत वाला रेट 75,000 एडे बारे बकरे तुहानू किदों आनी मंडी में मिल जाए तैनू इस चीज अगर वो कल्ला दोंदा लगे तो फिर ਉਹ 90,000 ਤੋਂ ਦੇ ਦੇ ਕੱਲਾ 90,000 ਦਾ ਦੁੰਦਾ ਲੈ 1,10,000 ਮੁੱਲ ਉਹਦਾ ਕਰ 1,10,000 ਮੰਗਦਾ ਖਲਾ ਲੇਕਿਨ 90,000 ਦਾ 90,000 ਦਾ ਕੱਲਾ ਲੈ ਸੋ ਦੁੰਦਾ ਮਿਲ ਜਾ ਠੀਕ ਹੋ ਗਿਆ ਤੇ ਨੰਬਰ ਤੁਸੀਂ ਸ਼ੇਅਰ ਕਰ ਦਿਓ ਆਪਣਾ 0305 0305 9373 9373 837 837 ਖਿਦਰ ਭਾਈ ਜੀ ਖਿਦਰ ਭਾਈ ਲਓ ਜੀ WhatsApp ਨੰਬਰ ਹੈ ਓਕੇ ਹੋ ਗਿਆ ਲਓ ਜੀ ਇਹ ਚਾਰ ਬੱਕਰੇ ਵੀ ਵਿਖਾ ਦਿੱਤੇ ਨੇ ਹੋਰ ਵੀ ਤੁਹਾਨੂੰ ਵਿਖਾ ਦਿੰਦੇ ਜਾਣਗੇ ਆਹ ਕਹਿੰਦਾ ਬੱਕਰਾ ਕੋਈ ਨਹੀਂ ਪਤਾ ਤੁਹਾਨੂੰ ਬੱਕਰਾ ਮਾਸ਼ਾਅੱਲਾ ਵੀ ਸੋਹਣਾ ਕੱਲਾ ਲੇਕਿਨ ਕਹਿ ਰਹੇ ਨੇ ਕਿ ਪਤਾ ਨਹੀਂ ਹੈ ਕਿਹੜੇ ਘਰ ਦਾ ਹੈਂ ਫੇਸ ਫੂਸ ਮਾਸ਼ਾਅੱਲਾ ਸੋਹਣਾ ਬੱਕਰੇ ਦਾ ਮੰਡੀ 'ਚ ਮਾਸ਼ਾਅੱਲਾ ਮਾਲ ਕਾਫੀ ਆਇਆ ਪਹਿਲੇ ਦੀ ਨਿਸਬਤ ਨਾਲ ਇੰਨਾ ਨਹੀਂ ਆਇਆ ਔਰ ਖੈਰ ਆ ਕਹਿੰਦਾ ਤੇਰਾ ਜੋੜਾ ਅਸੀਂ ਸਿੱਧਾ ਘਰ ਖਾਂ ਆਹੋ ਪਰਲਾ ਪਹਿਲੇ ਵਿਖਾ ਚੀਨਾ ਕਿਥਾਈ ਬਸ 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 ਲਓ ਜੀ ਇਹ ਬੱਚਾ ਵੀ ਚੈੱਕ ਕਰੋ ਮਾਸ਼ਾਅੱਲਾ ਸੋਹਣਾ ਖੜਾ ਹੈ ਇੱਕ 5-6 ਮਹੀਨਾ ਦਾ ਸਾਈ 5-1 ਮਹੀਨਾ ਦਾ ਹੈ ਕੀ ਡਿਮਾਂਡ ਸ਼ਮਾਂਡ ਕਰ ਰਿਹਾ ਇੱਥੇ ਮੇਰੇ ਕੋਲ ਆ ਖਾਂ
ਇੱਥੇ ਮੇਰੇ ਕੋਲ ਆ ਹਾਂਜੀ ਵਾਰਡ ਵੱਡੇ ਤੇ 45,000 ਦੇਵਣਾ ਕਿਤਨੇ ਦਾ ਹੈ ਜਿਹੜਾ ਦੇਵਣਾ ਹਾਂ ਜਿਹੜਾ ਲਵਣੇ ਨਹੀਂ ਉਹ ਦੱਸ 38,000 ਤੇ ਆ ਰੱਤਾ ਰੱਤੇ ਦੇ ਕੀ ਮੰਗਦਾ ਪਈ ਰੱਤੇ ਦਾ ਹਾਂ ਹਾਂ ਸੋਹਣਾ ਰੇਟ ਦਾ ਫਾਈਨਲ 35 ਦਾ ਫਾਈਨਲ 35 ਉਹ 38 ਦਾ ਤੇ 35 ਦਾ ਸਹੀ ਹੋ ਗਿਆ ਇਹ ਇੱਕ 5 ਮਹੀਨਾ ਦਾ ਹੈ 5 ਇੱਕ ਮਹੀਨਾ ਦਾ ਹੈ 5 ਮਹੀਨਾ ਦਾ ਜੋੜਾ 70,000 ਲਓ ਜੀ ਜੋੜਾ ਲੋਗੇ ਫਿਰ 70,000 ਦਾ ਮਿਲੇਗਾ ਕੱਲਾ ਲੋਗੇ 38,000 ਦਾ ਆਏਗਾ ਪਰਲਾ 35,000 ਦਾ ਹੈ ਇਹ ਵੀ ਤੇਰਾ ਹੈ 10,000 ਨਾਲ ਹੋਰ ਵੀ ਹੈ ਨਾ 10 ਤੇ ਨੰਬਰ ਸ਼ੇਅਰ ਕਰ ਦੇ ਫਿਰ ਦੂਏ ਦਾ ਦਿਖਾਵੇਂ 0323 0323 0850 306 ਠੀਕ ਆ ਗਏ ਉਮਰ ਕਿਤਨੀ ਕਿਤਨੀ ਹੈ ਪਹਿਲਾਂ ਦੀ ਚਾਰ ਚਾਰ ਮਹੀਨਾ ਦੇ ਪੰਜ ਪੰਜ ਮਹੀਨਾ ਦੇ ਹੈ ਠੀਕ ਹੋ ਗਿਆ ਲਓ ਜੀ ਇਹ ਵੱਡਾ ਬਾਈ ਇਹ 6 ਕੁ ਮਹੀਨਾ ਦਾ ਸਾਲ ਹੈ ਯਾਨੀ ਕਿ 5 ਮਹੀਨਾ ਦੇ ਹੈ ਨੇ 6 ਮਹੀਨਾ ਦੇ ਹੈ ਨੇ 4 ਮਹੀਨਾ ਦੇ ਹੈ ਨੇ ਲਓ ਜੀ 2025 ਦੀ ਕੁਰਬਾਨੀ ਤੇ ਲੱਗਣਾ 11 ਬੱਕਰਾਂ ਦੀ ਲਾਟ ਜਨਾਬ ਤੇ ਕੀ ਉਸਾਈ ਮੁਲਸ਼ੁਲ ਕਰ ਰਹੇ ਹੋ ਸਾਡੇ ਤੇ 45,000 ਐਡ ਕਰ ਦਿੱਤਾ ਹੈ ਮੰਡੀ ਤੇ ਮੰਗਦੇ ਪਏ 45,000 ਨੂੰ ਉੱਠਾ ਫਾਈਨਲ ਕਿੱਥੇ ਦੇਣਾ ਪਿਆਰ ਬੱਕ ਕਰਦੇ ਇੱਕ ਹਾਂ ਨਾ ਨਹੀਂ ਗੱਲ ਹੋਵੇ 36,000 ਨੂੰ ਲਾ ਦੇ 36,000 ਨੂੰ 36 ਨੂੰ 36,000 ਨੂੰ ਕੋਈ ਇੱਕ ਲਵੇ ਤੇ ਬੰਗ ਦੋ ਦੇ ਬੰਗ ਪੰਜ ਲਵਦਾ ਜਿੰਨੇ ਲਵੇ ਜਿੰਨੇ ਲਵੇ 36,000 36,000 ਨੂੰ 36,000 36,000 ਨੂੰ ਜਨਾਬ ਮਿਲ ਜਾਏਗਾ ਪੁੱਠਾ ਨੰਬਰ ਇੱਕ ਵਾਰੀ ਫੇਰ ਸ਼ੇਅਰ ਕਰ ਦੇ 0353 0350 306 0850 306 396 ਓਕੇ ਹੋ ਗਿਆ 11 ਬੱਕਰਾਂ ਦੀ ਲਾਟ ਜਨਾਬ ਚੈੱਕ ਕਰ ਲਓ ਹਾਂ ਵੀ ਕਾਕਾ ਜੀ ਕਿਹੜੇ ਲਈ ਬਣਾ ਖੀਰੇ ਨਹੀਂ ਦੋਂਦੇ ਨਹੀਂ ਅਸੀਂ ਸਿੱਧਾ ਕਰ ਇੱਕ ਕਰ ਦਿਖਾ ਕਰੂ ਉਹ ਖਲੋ ਕਰੂ ਇੱਥੇ ਸਿੱਧਾ ਇੱਥੇ ਲੈ ਲਓ ਜੀ ਖੀਰਾ ਬੱਕਰਾ ਕਹਿ ਰਹੇ ਨੇ ਹੈ ਕਿੰਨੇ ਕੁ ਮਹੀਨਾ ਦਾ ਸੱਤ ਇੱਕ ਮਹੀਨਾ ਦਾ ਹੈ ਮੂੰਹ ਖੋਲ ਖਾਂਦਾ ਕੀ ਮੰਗਦਾ ਪਿਆ ਦੇ ਜਿਹੜਾ ਵੇਖਦਾ ਪਿਆ ਜੋ ਅਗਰ ਲਓ ਜੀ ਉਸ ਤੋਂ ਬਾਅਦ ਇੱਕ ਐ ਖੜਾ ਜੀ ਇਹ ਕੋ 5 ਮਹੀਨਾ ਦਾ ਇਹ ਕੀ ਮੰਗਦਾ ਪਿਆ ਜੇ ਰੈਟ ਸਹੀ ਸਹੀ ਮੰਗ ਸਹੀ ਸਹੀ ਹੈ 45,000 ਜ਼ਿਆਦਾ ਜਿਹੜੇ ਲਵਣੇ ਉਹ ਦੱਸ ਹੈ ਫਾਈਨਲ 35 ਅੱਗੇ ਜਨਾਬ ਇਹ ਵੀ ਚੈੱਕ ਕਰ ਇਹ ਤੀਸਰੇ ਨੰਬਰ ਵਾਲਾ ਇਹਦੇ ਕੀ ਮੰਗਦਾ ਪਿਆ ਫਾਈਨਲ 32 ਫਾਈਨਲ 32 ਜ਼ਿਆਦਾ 32 ਗੱਟ ਕਰ ਲੈ ਕੁਛ ਨਹੀਂ ਹੁੰਦਾ ਉਹ ਵਿਕਦਾ ਮਾਰ ਸੋਹਣਾ ਲੱਗਦਾ 32,000 ਰੁਪਇਆ ਬਹੁਤ ਜ਼ਿਆਦਾ 32,000 ਨੰਬਰ ਸ਼ੇਅਰ ਕਰ ਖਾਂ 15 40 83975 ਆ ਗਏ ਅਬਦੁਲ ਰਜ਼ਾਕ ਠੀਕ ਹੋ ਗਿਆ ਲਓ ਜੀ ਰੇਟ ਸਾਰਿਆਂ ਨੇ ਪੁੱਛ ਕੇ ਦੱਸਦੇ ਪਏ ਆ ਖੀਰਾ ਦਿੰਦਾ ਖੀਰਾ ਮੂੰਹ ਖੋਲ ਖਾਇਦਾ ਰੁਕ ਜਾ ਠੀਕ ਹੋ ਕੀ ਮੰਗਦਾ ਪਿਆ ਦੇ ਫਾਈਨਲ ਪਿਆਰ ਮੁਹੱਬਤ ਕਰਤੇ ਜਿਹੜੇ ਲਵਣੇ ਨਹੀਂ ਹਾਂ ਨਾ ਲਿਆ ਇੱਕੋ ਰੇਟ ਹੈ ਬਾਟਾ ਰੇਟ 65,000 ਰੁਪਇਆ ਹੋਰ ਵੀ ਲੈਣੇ ਕਿ ਇੱਕੋ ਲੈ ਕਰਾਂ ਇੱਕੋ ਲੈ ਕਰਾਂ ਲਓ ਜੀ ਚੈੱਕ ਕਰ ਨੰਬਰ ਸ਼ੇਅਰ ਕਰ ਖਾਂਦਾ 0373 0373 440 440 10 43 10 43 ਇਹ ਲਓ ਜੀ 65,000 ਫਾਈਨਲ ਬਾਟਾ ਰੇਟ ਇਹਦਾ ਆ ਬੱਕਰੇ ਕਹਿੰਦੇ ਖਲੇ ਕਾਕਾ ਆ ਕਹਿੰਦੇ ਆ ਪਰਲੀ ਡੇਰੀ ਆਉਂਦੀ ਤੁਹਾਡੀ ਘੜੀ ਆ ਡੇਰੀ ਕਿਵੇਂ ਪੱਠੇ ਛੱਡੇ ਖਵਾਓ ਕਿਵੇਂ ਲੰਬੇ ਕਿੱਦ ਖਲੇ ਲਓ ਜੀ ਕਿਤਨੇ ਬੱਕਰੇ ਖਲੇ ਟੋਟਲ ਦਾ ਬੱਕਰੇ ਨਹੀਂ ਨਹੀਂ ਆ ਡੇਰੀ ਕਿਦਾ ਆ ਵੱਡਾ ਵਿੱਚ ਬਾਅਦ ਹੈ ਕਿਤਨੇ ਕਿਤਨੇ ਮਹੀਨਾ ਦੇ ਨੇ ਹੈਗੇ 7-7 ਮਹੀਨੇ 7-7 ਮਹੀਨਾ ਦੇ ਆ ਵੱਡਾ ਕਿਤਨੇ ਮਹੀਨਾ ਦਾ 8 ਮਹੀਨਾ ਵੱਡਾ 8 ਮਹੀਨਾ ਦਾ ਬੰਦ ਸਾਰੇ 7-7 ਮਹੀਨਾ ਦੇ ਕੀ ਮੋਲ ਮਗਦਾ ਪਿਆ ਉੱਥੇ ਦੇ ਸਾਹਿਬ ਦਾ ਦੇ ਦਾ ਸਾਰੇ ਦਾ ਦਾ ਸਾਰੇ 27,000 ਮੁਹੱਬਤ ਕਰਦੇ ਮੁਹੱਬਤ 25,000 ਨੂੰ ਫੈਨਾ 25,000 ਨੂੰ ਮਿਲ ਇਹ ਸਸਤੀ ਲਾਗ ਪੁੱਤ ਕੇ ਬਾਅਦ ਲੋ ਕਹਿ ਰਹੇ ਨੇ ਕਿ 25,000 ਨੂੰ ਫਾਈਨਲ ਦੇ ਦੇਾਂਗੇ
ਉਮਰ ਹੋਏਗੀ ਤਕਰੀਬਨ ਪੰਜ ਮਹੀਨੇ ਹੈ, ਸੱਤ ਸੱਤ ਮਹੀਨੇ ਨਹੀਂ ਹੈ ਯਾਰ। ਲਓ ਜੀ ਵੀਡੀਓ ਤੁਸੀਂ ਵੇਖ ਰਹੇ ਹੋ, ਚੈੱਕ ਕਰ ਲਓ ਬੱਕਰੇ ਕਿੰਨੇ ਕਿੰਨੇ ਮਹੀਨਾ ਨੇ। ਇਹ ਵੱਡਾ ਬੱਕਰਾ ਹੈ ਉਹਨਾਂ ਕੋਲ, ਅਤੇ ਉਸ ਤੋਂ ਬਾਅਦ ਜੀ ਇਹ ਵੀ ਚੈੱਕ ਕਰ ਲਓ, 27-27 ਹਜ਼ਾਰ ਮੰਗ ਰਹੇ ਨੇ ਫਾਈਨਲ ਜਨਾਬ, ਕਹਿ ਰਹੇ ਨੇ 25-25 ਹਜ਼ਾਰ ਰੁਪਈਆ। ਉਸ ਤੋਂ ਬਾਅਦ ਜੀ ਇਹ ਵੀ ਚੈੱਕ ਕਰ ਲਓ, ਇੱਕ ਇੱਕ ਜਾਨਵਰ ਜਨਾਬ ਤੁਹਾਨੂੰ ਚੈੱਕ ਕਰਾ ਰਹੇ ਭਾਈ ਵੀਰੇ, ਇਹਨਾਂ ਨੂੰ ਭਰਾ ਕਰ ਇੱਥੇ, ਠੀਕ ਹੋ ਗਈ ਆ। ਟੋਟਲ 10 ਜਾਨਵਰ ਹੈ, ਹੋਰ ਕੋਈ ਕਮੀ ਪੇਸ਼ੀ ਕੇ ਫਾਈਨਲ 25-25 ਹਜ਼ਾਰ ਹੁੰਦੇ? ਫਾਈਨਲ 25-25 ਹਜ਼ਾਰ ਫਾਈਨਲ। ਨੰਬਰ ਫੇਰ ਕਰ ਖਾਂ, 0306-84-32-900। 0306-84-32-900, ਠੀਕ ਹੋ ਗਈ। ਹਾਂਜੀ ਉਸ ਤੋਂ ਬਾਅਦ ਇਹ ਵੀ ਤੇਰੀ ਡੇਰੀ ਹੈ, ਇਹ ਵੀ ਇਹਨਾਂ ਦੀ ਡੇਰੀ ਹੈ। ਲਓ ਜੀ ਇਹ ਵੀ ਚੈੱਕ ਕਰ ਲਓ ਬੱਕਰੇ, ਤੀਸਰਾ ਇਹ ਵੀ ਸਾਰੇ ਖੀਰੇ ਨੇ, ਕੋਈ ਦੋਂਦਾ ਛੋਂਦਾ ਸਾਰੇ ਖੀਰੇ ਨੇ। ਇਹ ਵੀ ਚੈੱਕ ਕਰੋ ਮੋਟੇ ਤਾਹ ਦੇ ਬੱਕਰੇ ਜਨਾਬ, ਇਹ ਡੇਰੀ ਕਿਵੇਂ ਭਾਈ? ਤਰਾ ਤੇ ਤਰਾ ਛੇ ਬੱਕਰਾਂ ਨੇ ਕੀ ਮੁੱਲ ਸੁਲ ਕਰ ਪਿਆਰ ਮੁਹਬਤ ਹੋ ਜਾਏਗੀ ਜਾਂ ਪਹਿਲੇ ਕਾਲ ਕਰਤੀ? ਨੰਬਰ ਸ਼ੇਅਰ ਕਰ, 0306-1518-1518-259-259, ਠੀਕ। ਲਓ ਜੀ ਇਹ ਨੰਬਰ ਹੈ ਭਾਈ ਹੋਰਾਂ ਦਾ, ਬੱਕਰੇ ਇਹਨਾਂ ਕੋਲ 6 ਖੜੇ ਨੇ। ਲਓ ਜੀ ਉਮੀਦ ਕਰਨਾ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਏਗੀ, ਵੀਡੀਓ ਪਸੰਦ ਆਏ ਵੀਡੀਓ ਸ਼ੇਅਰ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ ਜ਼ਰੂਰ ਹੈ। ਇਨਸ਼ਾਅੱਲਾ ਨਵੀਂ ਵੀਡੀਓ ਨਾਲ ਫਿਰ ਹਾਜ਼ਰ ਹੋਵਾਂਗੇ।